ਫਤਿਹ ਪਹਿਲਾ ਵਾਂਗੂ ਸ਼ਾਮ ਨੂੰ ਅੱਜ ਫੇਰ ਆਪਾਂ ਅਖਾੜੇ ਚ ਸੋ ਅੱਜ ਆਪਾਂ ਆਇਆ ਜੀ 11 ਫੇਸ ਦੇ ਅਖਾੜੇ ਤੁਹਾਨੂੰ ਅੱਗੇ ਵੀ ਦੱਸਿਆ ਦਿਖਾਇਆ ਅੱਗੇ ਵੀ ਆਨੇ ਆਪਾਂ 11 ਫੇਸ ਦੇ ਅਖਾੜੇ ਸੋ ਇੱਕ ਗੱਲ ਇਹ ਜਿਹੜਾ ਅਖਾੜਾ ਹੈਗਾ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਜੋ ਮਰਜ਼ੀ ਹੋ ਜੇ ਇਹ ਅਖਾੜਾ ਕਦੇ ਛੁੱਟੀ ਨਹੀਂ ਕਰਦਾ ਤੇ ਇਹ ਅਖਾੜਾ ਕਦੇ ਛੁੱਟੀ ਨਹੀਂ ਕਰਦਾ ਹੁਣ ਜਿਵੇਂ ਅੱਜ ਮੀਂਹ ਪਿਆ ਪਰ ਇਹਨਾਂ ਦੀ ਛੁੱਟੀ ਨਹੀਂ ਕੀਤੀ ਨਹੀਂ ਤਾਂ ਅਖਾੜਿਆਂ 'ਚ ਕਈ ਵਾਰੀ ਛੁੱਟੀ ਹੋ ਜਾਂਦੀ ਛੋਟੀ ਛੋਟੀ ਗੱਲ 'ਤੇ ਅਤੇ ਅੱਜ ਮੈਂ 44 ਦੇ ਅਖਾੜੇ ਵੀ ਗਿਆ ਸੀ ਪਰ ਕੁਛ ਕਾਰਨ ਕਰਕੇ ਜਦੋਂ ਸਾਂਭ ਸੰਭਾਲ ਨਹੀਂ ਸੀ ਕੀਤਾ ਬੰਦ ਸੀਗਾ ਉਹ ਅਖਾੜਾ ਸੋ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਉਹ ਅਖਾੜਾ ਬੰਦ ਹੈਗਾ ਮੈਨੂੰ ਲੱਗਦਾ ਸੀ ਕਿ ਖੁੱਲ੍ਹਦਾ ਪਰ ਨਹੀਂ ਉਹ ਬੰਦ ਹੈਗਾ ਅਤੇ ਤਾਂ ਕਰਕੇ ਆਪਾਂ 11 ਫੇਸ ਦੇ ਅਖਾੜੇ ਆ ਗਏ ਸੀ जन्म जन्म के किलविक दुख उतरे हर बसया गुरु हाथ तर मेरा माथा जन्म जन्म के किलविक दुख उतरे गुरु नाम दियो ऋण लथा हुक्मनामा साहिब आया सी जी तुसी सुन लिया सो मेरा हीरा रतन नाम हर बसयो गुर हाथ तरयो मेरा माथा जन्म जन्म के किल बिख दुख उतरे गुर नाम दियो ऋण लथा अगर अपना इतिहास हिस्ट्री अपनी पढ़ांगे सुनांगे समझांगे तो सानूं पता लगेगा असीं अपने इतिहास नाल जुड़े रहांगे सानूं पता लगेगा गुरु गोबिंद तां इह जिहड़ी चीज़ां हुंदियां इतिहास सुनना इतिहास समझना यह बड़ा जरूरी हुंदा किसी भी पंथ लिए बड़ा जरूरी हुंदा तुसीं सिंघ सजो बाणी पढ़िया करो दसम दियां बाणियां पढ़िया करो अखाड़े च आया करो वध तों वध अखाड़े च आया करो शस्त्र विद्या का ज्ञान लो शस्त्र विद्या की प्रैक्टिस करो तो तुहानूं नॉलेज होनी चाहिए अपने सिख इतिहास बारे सानूं केस ते दाड़ा कतल नहीं कराना चाहिए ठीक है क्योंकि पता नहीं केस ते दाड़े लिए किन्ने शहीदियां हुई हैं तो इतिहास नाल जरूर जुड़े रहो जिदा मैं हुण वीडियो अपने पाना कथावां दी ते बाबा शेर सिंह जी दी कथावां मैं पाई दल पंथा बारे बुढ़ा दल बारे भी हैगी आ सो ये जिहड़ियां कथावां तुसीं सुणोगे तुहानूं इतिहास पता लगेगा अपना जदों तुहानूं इतिहास पता लगेगा फिर तुसीं अपने आप ही सिंघ सजोंगे तुहानूं पता लगेगा कि असीं की हाँ असीं क्या खालसा फौज क्या है क्या ਤਾਂ ਤੁਸੀਂ ਕੇਸ ਦਾੜਾ ਨਾ ਕਤਲ ਕਰਾਇਆ ਕਰੋ ਤੁਸੀਂ ਅੰਮ੍ਰਿਤ ਛਕੋ ਖੰਡੇ ਬਾਟੇ ਦੀ ਪੌਲ ਛਕੋ ਸਿੰਘ ਸਜੋ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਛੱਡਿਆ ਕਰੋ ਅਤੇ ਬਾਣੀ ਜ਼ਰੂਰ ਪੜ੍ਹਿਆ ਕਰੋ
कंठ करया करो बाणी, दसम दिया बाणियां जरूर पढ़या करो। ਤੁਸੀਂ ਦੇਖ ਸਕਦੇ ਹੋ ਜੀ ਇੰਦਰ ਵੀਰ ਜੀ ਤੇ ਰਵਿੰਦਰ ਵੀਰ ਜੀ ਜਿਹੜੇ ਹੈਗੇ ਫਾਈਟ ਲਾ ਰਹੇ ਨੇ, ਫਾਈਟ ਦੀ ਪ੍ਰੈਕਟਿਸ ਕਰ ਰਹੇ ਨੇ, ਉਹ ਦੇਖੋ ਜੀ। ਤੇ ਫਰੀ ਸੁੱਟੀ ਦੀ ਫਾਈਟ ਚੱਲ ਰਹੀ ਹੈ ਇਸ ਟਾਈਮ। ਤੇ ਇੱਕ ਗੱਲ ਇੱਕ ਹੋਰ ਵਧੀਆ ਇਸ ਅਖਾੜੇ ਦੀ, ਇਹ ਰੋਜ਼ ਫਾਈਟ ਦੀ ਪ੍ਰੈਕਟਿਸ ਕਰਦੇ ਆ। ਜਦੋਂ ਆਪਾਂ ਗੁਰਦੁਆਰਾ ਸਾਹਿਬ ਆਵਾਂਗੇ, ਹੁਕਮਨਾਮਾ ਸਾਹਿਬ ਸੁਣਾਂਗੇ, ਸੋ ਸਾਨੂੰ ਪਤਾ ਵੀ ਲੱਗਿਆ ਕਿ ਗੁਰੂ ਸਾਹਿਬ ਕਹਿੰਦੇ ਕੀ ਨੇ। ਅਗਰ ਆਪਾਂ ਕੋਈ ਗੁਰੂ ਸਾਹਿਬ ਨੂੰ ਗੱਲ ਪੁੱਛਦੇ ਹਾਂ, ਕੁਛ ਕਹਿੰਦੇ ਹਾਂ, ਤਾਂ ਗੁਰੂ ਸਾਹਿਬ ਕਈ ਵਾਰੀ ਉਹਦਾ ਜਵਾਬ ਹੁਕਮਨਾਮਾ ਸਾਹਿਬ ਵਿੱਚ ਵੀ ਦੇ ਦਿੰਦੇ ਆ। ਅਗਰ ਆਪਾਂ ਕੋਈ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ, ਉਹਦਾ ਵੀ ਜਵਾਬ ਗੁਰੂ ਸਾਹਿਬ ਹੁਕਮਨਾਮੇ 'ਚ ਦੇ ਦਿੰਦੇ ਹੁੰਦੇ ਆ। ਜਦੋਂ ਤੁਸੀਂ ਪਿਆਰ ਨਾਲ ਅਰਦਾਸ ਬੇਨਤੀ ਕਰੋਗੇ ਨਾ ਦਿਲ ਲਾ ਕੇ, ਤਾਂ ਤੁਹਾਨੂੰ ਪੱਕਾ ਹੁਕਮਨਾਮੇ 'ਚ ਆਨਸਰ ਜ਼ਰੂਰ ਮਿਲੇਗਾ। ਅਤੇ ਪਹਿਲੇ ਪਹਿਲੇ ਹੁਕਮਨਾਮਾ ਸਾਹਿਬ ਨਹੀਂ ਸਮਝ ਆਉਂਦਾ, ਪਰ ਜਦੋਂ ਜਦੋਂ ਤੁਸੀਂ ਆਉਣਾ ਸ਼ੁਰੂ ਕਰੋਗੇ, ਕੋਸ਼ਿਸ਼ ਕਰੋਗੇ ਸਮਝਣ ਦੀ, ਤਾਂ ਹੌਲੀ ਹੌਲੀ ਸਮਝੇਗਾ। ਦਿਲੋਂ ਦਿਲ ਨਾਲ ਕੋਸ਼ਿਸ਼ ਕਰੋਗੇ ਸਮਝਣ ਦੀ, ਜਦੋਂ ਪਿਆਰ ਲਾ ਕੇ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਸਮਝ ਆਏਗਾ।